तेरे डेरे कोल अपड़ेगी ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਕਿ ਉਹ ਤੇਰੇ ਸਾਰੇ ਰਾਹਾਂ ਵਿੱਚ ਰਾਖੀ ਕਰਨਗੇ ਉਹ ਤੈਨੂੰ ਹੱਥਾਂ ਚੱਕ ਲੈਣਗੇ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ ਤੂੰ ਸਹੀ ਇਹਦੇ ਸੱਪ ਨੂੰ ਮਿੱਧੇਗਾ ਤੂੰ ਜਵਾਨ ਸਹੀ ਅਤੇ ਨਾਗ ਨੂੰ ਲਤਾੜੇਗਾ ਉਸਨੇ ਤਾਂ ਮੇਰੇ ਨਾਲ ਪ੍ਰੀਤ ਲਈ ਹੈ ਸੋ ਮੈਂ ਉਹਨੂੰ ਛਡਾਵਾਂਗਾ ਮੈਂ ਉਹਨੂੰ ਉੱਚਾ ਕਰਾਂਗਾ ਉਸਨੇ ਮੇਰਾ ਨਾਮ ਜੋ ਜਾਤਾ ਹੈ ਮੈਂ ਉਹਨੂੰ ਪੁਕਾਰਾਂਗਾ ਮੈਂ ਉਹਨੂੰ ਉੱਤਰ ਦੇਵਾਂਗਾ ਦੁੱਖਾਂ ਵਿੱਚ ਉਹ ਮੇਰੇ ਅੰਗ ਸੰਗ ਹੋਵੇਗਾ ਮੈਂ ਉਹਨੂੰ ਛੁਡਾਵਾਂਗਾ ਅਤੇ ਉਹਨੂੰ ਅੰਦਰ ਦਿਖਾਵਾਂਗਾ ਆਦਰ ਦਿਖਾਵਾਂਗਾ ਆਰਜ਼ਾ ਦੇ ਵਾਅਦੇ ਨਾਲ ਉਹਨੂੰ ਨਿਸ਼ਾ ਕਰਾਂਗਾ ਅਤੇ ਉਹਨੂੰ ਆਪਣੀ ਮੁਕਤੀ ਸਿਖਾਵਾਂਗਾ ਆਮੀਨ 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 ਕ੍ਰਿਸਾ ਇਸ ਵਚਨ ਦੇ ਜਿੰਨੇ ਵੀ ਐਤਾਂ ਪੜੀਆਂ ਹਨ ਇਸ ਦਾ ਜਿਹਦਾ ਵਚਨ ਚ ਲਿਖਿਆ ਕੋਈ ਬਵਾ ਤੇ ਡੇ ਕੋ ਨਹੀਂ ਅਪੜੇਗੀ ਆਪਣੇ ਕੰਨ ਤੁਸੀਂ ਇਸ ਵਚਨ ਦੇ ਨਾਲ ਬਲੈਸ ਕਰੀਏ ਉਸ ਵਚਨ ਆਪਣੇ ਕਵਰ ਕਰੀਏ ਆਪਣੇ ਘਰ ਨੂੰ ਜਿਵੇਂ ਜਿਹਦਾ ਤੇ ਪਰਾ ਹੈ ਟੱਕ ਲੈਣਗੇ ਅਸ ਪਰਾ ਹੈ ਆਪਣੇ ਆਪ ਨੂੰ ਛੁਪਾ ਲਈਏ ਜਿਸਾ ਮੁਰਗੀ ਆਪਣੇ ਬੱਚਿਆਂ ਟੱਕ ਲੈਂਦੀ ਹੈ ਐਸੇ ਤਰ੍ਹਾਂ ਬਬੂ ਤਾਂ ਆਪਣੇ ਖੰਭਾ ਹੈ ਟੱਕ ਲਵੇਗਾ ਆਪਣੇ ਬਲੈਸ ਕਰੀਏ ਇਸ ਵਚਨ ਦੇ ਵਿੱਚੋਂ ਥੈਂਕ ਯੂ ਜੀਸਸ ਰਬਾ ਸ਼ਿੰਦਰੀ ਹੀ ਬਰਾ ਰਬਾ ਸੰਦਰਾ ਅਸੀਂ ਨੈਕਸਟ ਪ੍ਰੇਅਰ ਕਰਾਂਗੇ ਭਜਨ ਸਾਹਿਤਾ 121 ਦੀ ਇੱਕ ਆਇਤ ਲੈ ਕੇ ਉਸਦੀ ਅੱਠ ਆਇਤ ਜਿਸ ਦਾ ਹੈਡਿੰਗ ਹੈ ਯਹੋਵਾ ਰਾਖਾ ਹੈ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹੋਵਾ ਤੋਂ ਹੈ ਆਕਾਸ਼ ਤੇ ਧਰਤੀ ਦਾ ਕਰਦਾ ਹੈ ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ ਨਾ ਤੇਰਾ ਰਾਖਾ ਹੰਗਲਾਵੇਗਾ ਵੇਖ ਇਸਰਾਇਲ ਦਾ ਰਾਖਾ ਨਾ ਹੰਗਲਾਵੇਗਾ ਨਾ ਸੌਵੇਗਾ ਯਹੋਵਾ ਤੇਰਾ ਰਾਖਾ ਹੈ ਯਹੋਵਾ ਤੇਰੇ ਸੱਜੇ ਹੱਥ ਤੇ ਤੇਰਾ ਸਾਇਆ ਹੈ ਨਾ ਦਿਨੇ ਸੂਰਜ ਤੈਨੂੰ ਮਾਰੇ ਨਾ ਰਾਤ ਚੰਦਰਮਾ ਯਹੋਵਾ ਸਾਰੀ ਬਦੀ ਤੋਂ ਤੇਰੀ ਰਾਖੀ ਕਰੇਗਾ ਉਹ ਤੇਰੀ ਜਾਨ ਦੀ ਰਾਖੀ ਕਰੇਗਾ ਯਹੋਵਾ ਤੇਰੇ ਅੰਦਰ ਬਾਹਰ ਆਉਣ ਜਾਣ ਦੀ ਹੁੰਦੋਂ ਲੈ ਕੇ ਸਦੀਪਕ ਕਾਲ ਤਿਕਰ ਤੇਰੀ ਰਾਖੀ ਕਰੇਗਾ ਆਮੀਨ 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 ਅੱਜ ਆਪਣੇ ਆਪ ਨੂੰ ਬਲੈਸ ਕਰੀ ਇਸ ਵਜ੍ਹਾ ਕਿ ਪਰਮੇਸ਼ਰ ਮੈਂ ਬਲੈਸ ਹਾਂ ਕਰ ਆਉਣ ਦੇ ਚ ਮੈਂ ਬਲੈਸ ਹਾਂ ਬਾਹਰ ਜਹਾਂ ਦੇ ਵਿੱਚ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ 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 ਸਭ ਨੇ ਆਪਣੇ ਤੋਂ ਉਠਾ ਕੇ ਬਲੈਸ ਕਰੀ ਆਪਣੀ ਫੈਮਲੀਆਂ ਨੂੰ ਬੇ ਹੀਲ ਇਨ ਮੰਡੀ ਨੇਮ ਆਫ ਜੀਸਸ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਆ ਕੁੱਤ ਦੇ ਫਾਇਰ ਤੇ ਤੇਰੀ ਆ ਕੁੱਤ ਦੇ ਸਭ ਨੇ ਆਪਣੇ ਤੋਂ ਉਠਾ ਲਈ ਆਪਣੀ ਬਿਸਤਰ ਨੂੰ ਬਲੈਸ ਕਰਾਂਗੇ ਆਪਣੀ ਫੈਮਲੀ ਨੂੰ ਬਲੈਸ ਕਰਾਂਗੇ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਸਭ ਨੇ ਆਪਣੇ ਤੋਂ ਉਠਾ ਲਈ ਪੂਰੀ ਟੀਮ ਆਪਣੇ ਤੋਂ ਉਠਾ ਲਈਏ ਜਿੰਨੇ ਵੀ ਕਲੀਸਾ ਮੌਜੂਦ ਹੈ ਆਪਣੇ ਤੋਂ ਉਠਾ ਲਈਏ ਆਣੀ ਮਸਿੰਦਰ ਨੂੰ ਬਲੈਸ ਕਰੀਏ ਆਪਣੇ ਬਿਸਤਰ ਨੂੰ ਬਲੈਸ ਕਰੀਏ ਜੁਨਾ ਜਨ ਜਨ ਸਰ ਮੱਤੀ 7 ਦੀ 7 ਨਾਲ ਬਲੈਸ ਕਰੀਏ ਆਪਣੀ ਫੈਮਲੀਆਂ ਨੂੰ ਸਾਮਣੇ ਆਪਣੇ ਹੱਥ ਬੜਾ ਲਵਾਂਗੇ ਜਿੰਨੇ ਵੀ ਜਿਹੜਾ ਟੀਮ ਹੈ ਪ੍ਰੇਮ ਮਾਉਂਟੇਨ ਟੀਮ ਵਾਲਾ ਆਪਣੇ ਹੱਥ ਨੂੰ ਬੜਾ ਲਈਏ ਤੇ ਪ੍ਰੇਮ ਮਾਉਂਟੇਨ ਟੀਮ ਵਾਲਾ ਆਪਣਾ ਹੱਥ ਬੜਾ ਕੇ ਪ੍ਰੇਮ ਮਾਉਂਟੇਨ ਟੀਮ ਵਾਸਤੇ ਪ੍ਰਾਰਥਨਾ ਕੀਏ ਪਰਮੇਸ਼ਰ ਅਸੀਂ ਬਲੈਸ ਕਰਦੇ ਹਾਂ ਇਹਨਾਂ ਟੀਮ ਨੂੰ ਪਰ ਮੈਂ ਜੋ ਵੀ ਸਾਡੇ ਵਾਸਤੇ ਪ੍ਰਾਰਥਨਾ ਕਰ ਰਹੀ ਹੈ ਅਸੀਂ ਇਹਨਾਂ ਫੈਮਲੀ ਨੂੰ ਬਲੈਸ ਕਰਦੇ ਹਾਂ ਇਹਨਾਂ ਘਰ ਨੂੰ ਬਲੈਸ ਕਰਦੇ ਹਾਂ ਪਰਮੇਸ਼ਰ ਕੋਈ ਵੀ ਦੋਸ਼ਤ ਆਤਮਾ ਨੇ ਇਹਨਾਂ ਦੇ ਸਰੀਰ ਨੂੰ ਟੱਚ ਨਾ ਕਰ ਪਾਵੇ ਇਹਦੇ ਕਾਰਨ ਟੱਚ ਨਾ ਕਰ ਪਾਵੇ ਸਭੀ ਦੋਸ਼ਤ ਆਤਮਾ ਅਸੀਂ ਮੱਤੀ ਠਾਨ ਠਾਨ ਨੂੰ ਸਰ ਬੰਨ ਦਿੰਦੇ ਹਾਂ ਆਮੀਨ 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 ਉਸ ਵਜ੍ਹਾ ਬੰਨੇ ਦੋਸ਼ਤ ਆਤਮਾ ਦੇ ਵਿੱਚ ਜੀਵਨ ਜੋ ਕਿ ਇਹ ਪਰਮੇਸ਼ਰ ਕੋਈ ਵੀ ਸ਼ੈਤਾਨ ਸ਼ਕਤੀ ਨੂੰ ਗਿਰਾ ਨਾ ਪਾਵੇ ਤੇਰੇ ਵਚਨ ਤੋਂ ਹਿਲਾ ਨਾ ਪਾਵੇ ਬੀ ਹੀਲ ਇਨ ਮੰਟੀ ਨੇਮ ਆਫ ਜੀਸਸ ਹਾਲੇਲੂਇਆ ਰਬਾ ਸ਼ੰਦਰੀ ਰਿਬਾ ਸੰਦਰਾ ਰਖੋ ਰਿਬਾ ਸੰਦਰਾ ਰਬਾ ਸ਼ੰਦਰਾ ਆਈਏ ਫਿਰ ਆਪਣੇ ਹੱਥ ਉਠਾ ਲਈਏ
अपने सफर मुबारक करिए, अपने बिजनेस ब्लेस करिए, अपने बिजनेस ब्लेस करिए। मैं तो जी बहुत जल्दी बड़ी गुड न्यूज ना ब्लेस हो चुके बदे सामर्थी नाम दे विच, मैं तो बड़ा बिजनेस ना ब्लेस हो चुके बदे सामर्थी नाम दे विच, मैं तो रुके काम चलने वास्ते जा चुके ने बदे सामर्थी नाम दे विच, मैं जो लोग बीमार है सेम नहीं जा रहे बदे सामर्थी नाम दे विच, मैं तो जिस विषय दे वास्ते जो विषय पूरा हो चुके बदे सामर्थी नाम दे विच, मैं तो सारी प्रॉब्लम ठीक हो चुके बदे सामर्थी नाम दे विच, मैं कहता डे तुसी बहुत जल्दी वड्डी टेस्ट मन्ना वापस आ चुके जे बदे सामर्थी नाम दे विच, मैं तुसी बहुत वड्डी ब्लेसिंग नु रिसीव कर चुके जे बदे सामर्थी नाम दे विच, मैं तुसी बहुत जल्दी 3 to 4 हो चुके बदे सामर्थी नाम दे विच, सब ऊंची आवाज के बोलेंगे आमीन, सब ऊंची आवाज के रिसीव करेंगे बदे सामर्थी नाम दे विच, बी ब्लेस बदे सामर्थी नाम दे विच, बी फुलफिल यू बदे सामर्थी नाम दे विच, थैंक यू जीसस हालेलुया। सब ऑनलाइन बीवी से वाले अपना हाथ बुला लवांगे, असी प्रार्थना कर जो ऑनलाइन लोग हॉस्पिटल देख रहे हैं, जे कर जो देख रहे हैं बेड रेस्ट वाले लोग देख रहे हैं, वे ब्लेस हैं प्रभु तेरी सामर्थ्य नाम दे च प्रभु, सी ब्लेस कर दे परमेश्वर, जो भी टीवी दी प्रॉब्लम है, जो भी मिर्गी दी प्रॉब्लम है, जो भी स्किन एलर्जी है, जो भी माइंड कवरिंग है, वो असी कमांड कर दे प्रभु, दी शॉर्ट के तुसी हील कर चुके जे ऑनलाइन बीबीस नु परमेश्वर, जो सारा सुपना है कि असी लखां हजारां विच परमेश्वर लख हजारां लखां विच परमेश्वर मीटिंग करिए प्रभु, उसे जल्दी सुपने नु पूरा करो मेरी सामर्थी परमेश्वर, ताकि असी इस जगह ते हजारां लोग प्रे माउंटेन दी प्रार्थना करिए मेरी सामर्थी परमेश्वर, असी उन्हें बीबीस नु ब्लेस करते हैं, असी इन्हें सफर नु ब्लेस करते हैं, असी इन्हें करण नु ब्लेस करते हैं मेरी सामर्थी परमेश्वर, इन्हें घर ब्लैस हैं मेरी सामर्थी परमेश्वर, इन्हें बिजनेस ब्लैस हैं मेरी सामर्थी परमेश्वर, ये रिक्वेस्ट वास्ते प्रार्थना करते परमेश्वर, ये ब्लैस है मेरी सामर्थी परमेश्वर, परमेश्वर ने लोग ये रिक्वेस्ट हैं, ये लोग पर परमेश्वर जो इस जगह मौजूद हैं, ये ब्लैस हैं मेरी सामर्थी परमेश्वर, टूटियां हड्डियां जोड़ चुकी हैं मेरी सामर्थी परमेश्वर, वी हील इन मंडी नेम ऑफ जीसस, ओ दे सामर्थी नाम दे च मांगदे हां, आमीन आमीन आमीन। आइए सब जन अपने थ्रू उठा लवांगे, असी प्रभु वाली प्रार्थना करियो प्रभु ने अपने चेलों नाल कीती सी, सब जन अपने थ्रू उठा लवांगे, जिन्हें भी ऑनलाइन मौजूद है अपने थ्रू उठा लिए प्रभु वाली प्रार्थना करांगे, थैंक यू जीसस हालेलुया। आए साडे बाप जो तू आसमान ते है, तेरा नाम पाक मन्या जावे, तेरा राज आवे, तेरी मर्जी आसमान ते पूरी हुंदी है, जमीन ते भी होवे, साडे रोज दी रोटी आज सानू दो, साडे स्कूल सानू माफ करो जिस तरह असी अपने कसूर वालों नू कसूर माफ करदे हां, संजे मैच ना पाए सगो बुराई तो बचाए, कुदरत जलाल हमेशा ताड़ा है, आमीन आमीन आमीन। खुदावंद मसीह दा फज़ल, खुदावंद दी मोहब्बत सदा कलीसिया नाल, जिन्हें भी ऑनलाइन देख रहे हैं, जो प्रेयर माउंटेन टीम है, सब नाल हमेशा होंदी रहे सामर्थी नाम दे विच, आमीन आमीन आमीन। समन थैंक यू जीसस बोलेंगे, समन जोरदार तारीफ करेंगे और ऊंची आवाज में बोलेंगे थैंक यू जीसस, थैंक यू जीसस, थैंक यू जीसस, समय जोरदार तारीफ करांगे प्रभु, तुहानू ब्लेस करे, तुहाडे घरां नू ब्लेस करे, जिन्हें ऑनलाइन प्रभु तुहानू ब्लेस करे प्रभु, तुसी इसे लगातार प्रेम मंडन दी प्रार्थना आउंदे रहो प्रभु, प्रेम मंडन दी प्रार्थना रिसीव करदे रहो प्रभु, तुहानू बहुत जल्दी वड्डी गुड न्यूज़ दे चुके प्रभु दी सामर्थी नाम दे विच, और असी खास सोचना है कि जो 23 अक्टूबर दी मीट, जो 23 तरीक दी मीटिंग है स्पेशली, जो वड्डा क्रूसड हो रहा है चंदी रिजोर्ट दे विच, सब ने उस जगह ते जरूर पहुंचना है, जिन्हें भी लोग ऑनलाइन को मौजूद हैं, तुसी ओ जगह दे वड्डे चमत्कार देखोगे, तुसी अपनी लाइफ चेंज होती देखोगे, अपने घर चेंज होता देखोगे प्रभु दे सामर्थी नाम दे विच, जैसे जद उस दिन जो प्रभु दे दास उस जगह ते मसे उडेलिया जाएगा, मैं कहूँ जिन्हें भी वड्डे बंधन, जो भी बंधन तेरे घर के शराफ, जिन्हें भी तेरे रुके काम है, वो तेरे काम उस दिन मैं कह खुल जाएंगे प्रभु दे सामर्थी नाम दे विच,
जितने भी ऑनलाइन लोग जितने भी कलीसिया मौजूद है सब ने उस जगह से टाइम से पहुंचना है और सब का स्वागत उस जगह से वेलकम करांगे असि सब जोरदार तारीफ करांगे और गॉड ब्लेस यू ऑल प्रभु तुम सब नु ब्लेस करे और तेरे रास्ते नु ब्लेस करे और तेरी फैमिली ब्लेस करे आमीन सब जोरदार तारीफ करांगे